ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੀ ਚੈਨਲ ਸਿਰਤ ਵਲੌਗ ਦੇ ਵਿੱਚ ਅੱਜ ਮੈਂ ਤੁਹਾਡਾ ਨਾਲ ਜਿਵੇਂ ਕਿ ਸਾਨੂੰ ਪਤਾ ਹੈ ਕਿ ਦਸੰਬਰ ਮਹੀਨਾ ਚੜ੍ਹ ਚੁਕਿਆ ਹੈ ਤੇ ਪੇਪਰ ਐਗਜ਼ਾਮਸ ਸਭ ਦੇ ਆ ਚੁੱਕੇ ਨੇ ਹੁਣ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਣਾ ਚਾਹੁੰਦੀ ਹਾਂ ਕਿਉਂਕਿ ਮੈਂ ਵੀ ਐਮਏ ਕਰ ਰਹੀ ਹਾਂ ਐਮਏ ਪੰਜਾਬੀ ਤੇ ਮੋਸ ਰਿਲੇਟਿਡ ਇਹ ਵੀਡੀਓ ਬਣਾਉਣਾ ਚਾਹਨੀ ਆ ਤੇ ਕਿਉਂਕਿ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਕੱਲੇ ਅਸੀਂ ਕਿਤਾਬੀ ਗਿਆਨ ਨੂੰ ਜ਼ਿਆਦਾ ਮਹੱਤਵ ਨਹੀਂ ਦੇ ਪਾ ਰਹੇ ਕਿਉਂਕਿ ਸਾਡਾ ਮਾਈਂਡ ਸੈਟ ਇਸ ਤਰ੍ਹਾਂ ਹੋ ਗਿਆ ਕਿ ਸਿਰਫ ਫੋਨ ਤੋਂ ਟੀ ਲੈਪਟਾਪ ਤੋਂ ਕੰਪਿਊਟਰ ਤੋਂ ਸਿੱਖਣਾ ਜ਼ਿਆਦਾ ਪਸੰਦ ਕਰਦੇ ਹਾਂ ਠੀਕ ਹੈ ਇਸ ਤਰ੍ਹਾਂ ਦੇ ਐਡਸ ਅਸੀਂ ਯੂਜ਼ ਕਰਦੇ ਹਾਂ ਠੀਕ ਹੈ ਜਿਸ ਨਾਲ ਸਾਨੂੰ ਜਲਦੀ ਲਰਨ ਹੋ ਜਾਂਦਾ ਹੈ ਉਹ ਲਰਨਿੰਗ ਸਕਿੱਲ ਸਾਡੀ ਬੈਟਰ ਕਰ ਦਿੰਦਾ ਹੈ ਇਸ ਦੇ ਲਈ ਮੈਂ ਤਾਂਲੀ ਵੀਡੀਓਜ਼ ਬਣਾਵਾਂਗੀ ਜਿਸ ਦੇ ਵਿੱਚ ਤੁਸੀਂ ਐਮਏ ਪੰਜਾਬੀ ਜਸਟ ਫੋਰ ਐਮਏ ਪੰਜਾਬੀ ਲਈ ਮੈਂ ਵੀਡੀਓ ਬਣਾਵਾਂਗੀ ਐਮਏ ਪੰਜਾਬੀ ਦੇ ਲਈ ਤੁਸੀਂ ਜਿਵੇਂ ਕਿ ਹੁਣ ਸਾਡੇ ਪੇਪਰ ਮੇ ਮੇਰਾ ਇਹ ਐਮਏ ਫਰਸਟ ਸੈਮੈਸਟਰ ਹੈ ਇਸ ਲਈ ਮੈਂ ਪਹਿਲਾ ਐਮਏ ਫਰਸਟ ਸੈਮੈਸਟਰ ਲਈ ਹੀ ਟੌਪਿਕ ਕ੍ਰੀਏਟ ਕਰਿਆ ਕਰਾਂਗੀ ਟੌਪਿਕ ਬਣਾ ਕੇ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕਰਿਆ ਕਰੂੰਗੀ ਈਜ਼ੀ ਵੇ ਦੇ ਨਾਲ ਜਿਵੇਂ ਕਿ ਹੁਣ ਜ਼ਿਆਦਾ ਟਾਈਮ ਹੈ ਨਹੀਂ ਗਿਆ ਪੰਜਾਬੀ ਵਾਲੇ ਦੇ 11 ਤਰੀਕ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਠੀਕ ਹੈ ਫਨ ਸਟ੍ਰੀਕ ਤੋਂ ਤਾਂ ਦੇਸੀ ਐਮਏ ਦੇ ਪੇਪਰ ਸ਼ੁਰੂ ਨੇ ਪਰ ਜੋ ਪੰਜਾਬੀ ਵਾਲੇ ਦਿਨ ਉਹਨਾਂ ਦੇ 11 14 17 ਤੇ 21 ਨੂੰ ਪੇਪਰ ਹਨ ਯਾਦ ਰੱਖਿਓ 11 14 17 21 ਨੂੰ ਕਨਫਿਊਜ਼ ਨਹੀਂ ਹੋਣਾ ਤੇ ਅੱਜ ਅਸੀਂ ਗੱਲ ਜਿਆਦਾ ਗੱਲਾਂ ਨਹੀਂ ਕਰਦੇ ਮੈਂ ਤੁਹਾਨੂੰ ਉਹ ਟੋਪਿਕ ਵਾਈਜ਼ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਟੋਪਿਕ ਚਾਹੀਦਾ ਹੈ ਮੈਂ ਉਹ ਡਾਟਾ ਇਕੱਠਾ ਕਰਕੇ ਨੋਟਸ ਬਣਾ ਕੇ ਤੁਹਾਡੇ ਸਾਹਮਣੇ ਪ੍ਰੋਵਾਈਡ ਕਰਾਂਗੀ ਤੇ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਵਿਊਜ਼ ਵੀਡੀਓਜ਼ ਨੂੰ ਦੇਖੋ ਲਾਈਕ ਕਰੋ ਜੇ ਤੁਹਾਨੂੰ ਨਹੀਂ ਪਸੰਦ ਆਉਂਦਾ ਕਮੈਂਟ ਕਰਕੇ ਨੀਚੇ ਦੱਸ ਸਕਦੇ ਨਹੀਂ ਕਿ ਮੇਰੀ ਵੀਡੀਓ ਚ ਕਿੱਥੇ ਕਮੀ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਵੀਡੀਓ ਬਣਾਵਾਂ ਤਾਂ ਤੁਸੀਂ ਮੇਰੇ ਕਮੈਂਟ ਬਾਕਸ ਚ ਦੱਸ ਸਕਦੇ ਹੋ ਕਿ ਮੈਨੂੰ ਕਿਸ ਤਰ੍ਹਾਂ ਦੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਟੱਡੀ ਲਈ ਤੁਹਾਨੂੰ ਵੀਡੀਓ ਚਾਹੀਦੀ ਹੈ ਤੁਸੀਂ ਮੈਨੂੰ ਉਹ ਗੱਲਾਂ ਦੱਸ ਸਕਦੇ ਹੋ ਫਿਲਹਾਲ ਮੇਰਾ ਅੱਜ ਦਾ ਮਕਸਦ ਹੈ ਤੁਹਾਨੂੰ ਐਮਏ ਪੰਜਾਬੀ ਫਰਸਟ semesters ਸੁਣੋ ਐਮਏ ਪੰਜਾਬੀ ਫਰਸਟ semesters ਦੇ ਸਲੇਬਸ ਤੋਂ ਜਾਣੂ ਕਰਾਣਾ ਪਹਿਲਾਂ ਤੁਹਾਨੂੰ ਸਿਰਫ ਜੋ ਪਹਿਲਾ ਪੇਪਰ ਹੈ 11 ਤਰੀਕ ਨੂੰ ਪੇਪਰ ਹੈ ਜੋ ਸਬਲੀ ਕੰਪਲਸਰੀ ਹੈ ਸਾਡਾ ਪੰਜਾਬੀ ਪਹਿਲਾ ਪੇਪਰ ਹੈ ਜੋ ਮਦਕਾਲੀ ਪੰਜਾਬੀ ਸਹਿਦ ਦਾ ਇਤਿਹਾਸ ਪਹਿਲਾ ਪੇਪਰ ਹੈ ਮਦਕਾਲੀ ਪੰਜਾਬੀ ਸਹਿਦ ਦਾ ਇਤਿਹਾਸ ਮੈਂ ਅੱਜ ਤੁਹਾਨੂੰ ਇਸ ਦੇ ਉੱਤੇ ਇੱਕ ਇਸ ਵੀਡੀਓ ਦੇ ਵਿੱਚ ਕੋਈ ਟੌਪਿਕ ਲਰਨਿੰਗ ਕਰਾ ਰਹੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਸਿਲੇਬਸ ਸਮਝਾਵਾਂਗੀ ਕਿ ਐਕਚੁਅਲ ਜੀ ਤੁਹਾਡਾ ਸਿਲੇਬਸ ਹੈ ਕੀ ਠੀਕ ਹੈ ਤੁਹਾਡੇ ਸਿਲੇਬਸ ਦੇ ਵਿੱਚ ਹੈ ਕੀ ਕੀ ਆ ਉਸ ਤੋਂ ਪਹਿਲਾਂ ਮੈਂ ਤੁਹਾਡੇ ਪੇਪਰ ਦੀ ਗੱਲ ਕਰਾਂਗੀ ਕਿਉਂਕਿ ਮੈਨੂੰ ਜੋ ਸ਼ੁਰੂ ਦੇ ਵਿੱਚ ਪ੍ਰੋਬਲਮ ਆਈ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਸਾਡਾ ਜੋ ਕੁਐਸਚਨ ਪੇਪਰ ਆਣਾ ਹੈ ਉਸ ਦਾ ਜੋ ਮਤਲਬ ਕੀ ਕਿਸ ਤਰ੍ਹਾਂ ਬਣਿਆ ਹੈ ਕੀ ਉਹਦਾ ਮਤਲਬ ਕਿਸ ਤਰ੍ਹਾਂ ਯੂਨਿਟ ਵਾਈਜ਼ ਕਿਸ ਤਰ੍ਹਾਂ ਵੰਡਿਆ ਹੋਇਆ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਉਹ ਦੱਸਾਂਗੀ ਤੇ ਉਸ ਦੇ ਵਿੱਚ ਉਸ ਦਾ ਬਲੂਪ੍ਰਿੰਟ ਕਿਸ ਤਰ੍ਹਾਂ ਦਾ ਹੈ ਤੇ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਪੇਪਰ ਕਿਸ ਤਰ੍ਹਾਂ ਦਾ ਆਣਾ ਹੈ ਪਹਿਲਾ ਜਿਹੜਾ ਯੂਨਿਟ ਆਏਗਾ ਤੁਹਾਨੂੰ ਉਸ ਦੇ ਵਿੱਚ 10 ਪ੍ਰਸ਼ਨ ਆਣਗੇ ਸ਼ਾਰਟ ਪ੍ਰਸ਼ਨ ਹੋਣਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜੋ ਹੁੰਦੇ ਹਨ ਵੈਰੀ ਸ਼ਾਰਟ ਨਹੀਂ ਆਣਗੇ ਆਬਜੈਕਟਿਵ ਟਾਈਪਸ ਨਹੀਂ ਆਣਗੇ ਸ਼ਾਰਟ ਆਣਗੇ 10 ਹੋਣਗੇ 10 ਦੇ ਵਿੱਚੋਂ 10 ਤੁਹਾਨੂੰ ਉਹ ਕਰਨੇ ਹੋਣਗੇ ਠੀਕ ਹੈ ਉਹ ਤੁਸੀਂ 10 ਕੁਐਸਚਨ ਕਰਨੇ ਨੇ ਪਹਿਲੇ ਯੂਨਿਟ ਦੇ ਦੂਸਰੇ ਯੂਨਿਟਸ ਆਣਗੇ ਤੁਹਾਨੂੰ 4 ਪ੍ਰਸ਼ਨ ਜਿਨ੍ਹਾਂ ਵਿੱਚ ਤੁਸੀਂ ਕਰਨੇ ਹੋਣਗੇ ਦੋ ਸਮਝੇ 4 ਵਿੱਚੋਂ ਜਿਨ੍ਹਾਂ ਵਿੱਚੋਂ ਕਰਨੇ ਹੋਣਗੇ ਦੋ ਫਿਰ ਤੁਹਾਨੂੰ ਆਏਗਾ ਥਰਡ ਯੂਨਿਟ ਥਰਡ ਯੂਨਿਟ ਵਿੱਚ ਵੀ ਸੇਮ ਸੈਕੰਡ ਯੂਨਿਟ ਵਾਂਗ ਤੁਹਾਨੂੰ ਚਾਰ ਪ੍ਰਸ਼ਨ ਆਣਗੇ ਜਿਨ੍ਹਾਂ ਵਿੱਚ ਦੋ ਕਰਨੇ ਹੋਣਗੇ ਇਹਦੇ ਵਿੱਚ ਤੁਹਾਨੂੰ ਕੁਝ ਕੋਈ ਜ਼ਿਆਦਾ ਨਹੀਂ ਹੈ ਚਾਰ ਦੇ ਵਿੱਚੋਂ ਤੁਸੀਂ ਕੁਝ ਵੀ ਚੁਣ ਸਕਦੇ ਪਹਿਲਾ ਦੂਜਾ ਤੀਜਾ ਚੌਥਾ ਮਤਲਬ ਜਿਹੜਾ ਤੁਸੀਂ ਚਾਹੁੰਦੇ ਹੋ ਕੋਈ ਵੀ ਚੁਣ ਸਕਦੇ ਹੋ ਚਾਰ ਦੇ ਵਿੱਚੋਂ ਤੇ ਸੈਕੰਡ ਯੂਨਿਟ ਵਿੱਚ ਵੀ ਇਦਾਂ ਹੈ ਤੇ 20 ਨੰਬਰ ਦੀ ਤੁਹਾਡੀ ਅਸੈਸਮੈਂਟ ਹੈ ਅਸੈਸਮੈਂਟ ਹੈ ਜੋ ਤੁਹਾਡੀ ਅਸਾਈਨਮੈਂਟਸ ਤੇ ਤੁਹਾਡੇ ਲੈਕਚਰਸ ਤੇ ਡਿਪੈਂਡ ਹੈ ਠੀਕ ਹੈ ਐਕਚੁਅਲੀ ਆਈ ਐਮ ਡੂਇੰਗ ਐਮਏ ਫਰਮ ਯੂ ਸੋਲ ਵਿੱਚੋਂ ਤੇ ਤੁਸੀਂ ਵੀ ਮੋਸਟ ਆਫ ਹੋਈ ਬੱਚੇ ਹੋਣਗੇ ਕਿਉਂਕਿ ਰੈਗੂਲਰ ਬੱਚਿਆਂ ਨੂੰ ਤਾਂ ਸਭ ਕੁਝ ਪਤਾ ਹੈ ਪ੍ਰੋਬਲਮ ਯੂਸਰ ਵਾਲਿਆਂ ਨੂੰ ਹੀ ਆ ਰਹੀ ਹੈ ਤੇ ਜਿਵੇਂ ਕਿ ਇਹ ਚੀਜ਼ਾਂ ਹੈ ਜਿਵੇਂ ਕਿ ਤੁਸੀਂ ਹੁਣ ਸਾਰੇ ਦੀ ਅਸਾਈਨਮੈਂਟ ਤੁਹਾਡੀ ਸਬਮਿਟ ਕਰਾਣੀ ਬਹੁਤ ਜ਼ਰੂਰੀ ਸੀ 26 ਤਰੀਕ ਤੱਕ ਲਾਸਟ ਨੰਬਰ 26 ਤਰੀਕ ਸੀ ਉਹ ਜੋ ਤੁਹਾਡੀ ਅਸਾਈਨਮੈਂਟ ਦੇ ਡਿਪੈਂਡ ਕਰਦੇ ਹੋ 20 ਨੰਬਰ 20 ਨੰਬਰ ਬਹੁਤ ਜ਼ਿਆਦਾ ਨੰਬਰ ਹੁੰਦੇ ਹਨ ਠੀਕ ਹੈ 80 ਨੰਬਰ ਦੀ ਤੁਸੀਂ ਮਿਹਨਤ ਕਰਨੀ ਹੈ ਤੇ ਵੀ ਨੰਬਰ ਤੁਹਾਡੀ ਆਲਰੇਡੀ ਕੀਤੀ ਹੋਈ ਮਿਹਨਤ ਸੀ ਅਗਰ ਤੁਸੀਂ ਉਹ ਟਾਪਿਕ ਲਿਖੇ ਅਸਾਈਨਮੈਂਟ ਬਣਾਈ ਉਹ ਤੁਹਾਨੂੰ ਯਾਦ ਹੋਣਗੇ ਉਹ ਤੁਹਾਡੇ ਕੋਲ ਫੋਟੋਸ ਵਗੈਰਾ ਤੁਹਾਡੇ ਕੋਲ ਹੋਣਗੇ ਵੀ ਤੇ ਇਸ ਲਈ ਬਕਾਇਦਾ ਉਹ ਤੁਹਾਡੇ ਟਾਪਿਕ ਤਿਆਰ ਨੇ ਇੱਕ ਤਰ੍ਹਾਂ ਦੇ ਪਰ ਆਪਾਂ ਫਿਰ ਵੀ ਉਹਨਾਂ ਨੂੰ ਰਿਵਾਈਜ਼ ਕਰਾਂਗੇ ਮੈਂ ਕੋਸ਼ਿਸ਼ ਕਰਾਂਗੀ ਸਾਰੇ ਟਾਪਿਕ ਤੁਹਾਨੂੰ ਅਪਲੋਡ ਕਰਨ ਦੀ ਜੇ ਹੋ ਸਕੇ ਅਗਰ ਤੁਸੀਂ ਚਾਹੋਗੇ ਤਾਂ ਅਪਲੋਡ ਕਰਾਂਗੀ ਮੈਂ ਤੁਹਾਨੂੰ ਕਮੈਂਟ ਬਾਕਸ 'ਚ ਕਹਿਣਾ ਪਵੇਗਾ ਦੱਸਣਾ ਪਵੇਗਾ ਕਿ ਮੈਨੂੰ ਤੁਹਾਨੂੰ ਕਿਹੜਾ ਟਾਪਿਕ ਚਾਹੀਦਾ ਹੈ पर एमए फर्स्ट सेमेस्टर क्योंकि इस टाइम मैं भी अपनी पंजाबी दी एमए दी तैयारी ਕਰ ਰਹੀ ਹਾਂ ਜੋ ਕਿ 11 ਤਰੀਕ ਨੂੰ ਪੇਪਰ ਹੈ 11 ਤੋਂ 14 ਸਤੰਬਰ 21 ਤੱਕ ਤੇ ਇਸ ਲਈ ਮੈਂ ਜੋ ਸਟਡੀ ਰਿਲੇਟਡ ਮੇਰੀ ਸਟਡੀ ਜਿਸ ਨਾਲ ਮੈਨੂੰ ਵੀ ਫਾਇਦਾ ਹੋਵੇ ਤੇ ਵੀਡੀਓ ਦੇਖਣ ਵਾਲੇ ਨੂੰ ਵੀ ਫਾਇਦਾ ਹੋਵੇ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋ ਹੁਣ ਅਸੀਂ ਉਸੇ ਪੇਪਰ ਪੈਟਰਨ ਦੀ ਗੱਲ ਕੀਤੀ ਹੈ ਤੇ ਅਗਲੀ ਵੀਡੀਓ ਮੇਰੀ ਹੋਏਗੀ ਇਸ ਦੇ ਇੱਕ ਪਹਿਲੇ ਪਹਿਲੇ ਪੇਪਰ ਦੇ ਇੱਕ ਟੌਪਿਕ ਦੇ ਉੱਪਰ ਉੱਪਰ ਮੈਂ ਤਾਂ ਚਾਹੁੰਦੀ ਸੀ ਕਿ ਮੈਂ ਨਾਥ ਜੋਗੀਆਂ ਬਾਰੇ ਗੱਲ ਕਰਾਂ ਪਰ ਮੈਂ ਚਾਹਨੀ ਹੈ ਕਿ ਸੀਰੀਅਲ ਵਾਈਜ਼ ਤਿਆਰੀ ਕਰਵਾਈਏ ਇਸ ਲਈ ਮੈਂ ਪੰਜਾਬੀ ਸਾਹਿਤ ਬਾਰੇ ਗੱਲ ਕਰਾਂਗੀ ਪੰਜਾਬੀ ਸਾਹਿਤ ਦੀ ਇਤਿਹਾਸਕ ਰੀ ਦੀ ਗੱਲ ਕਰਾਂਗੇ ਰੀ ਆਪਾਂ ਪ੍ਰਕਿਰਤੀ ਪ੍ਰਜੋਜਨ ਸਮੱਸਿਆਵਾਂ ਇੱਕ ਟੌਪਿਕ ਦੇ ਵਿੱਚ ਹੀ ਮੈਂ ਇਹ ਤੁਹਾਨੂੰ ਤਿੰਨ ਕੁਐਸਚਨ ਬਣਾ ਕੇ ਲਰਨ ਕਰਾਉਂਗੀ ਹੁਣ ਪਹਿਲੇ ਮੈਂ ਤੁਹਾਨੂੰ ਇਸ ਦੇ ਸਿਲੇਬਸ ਬਾਰੇ ਜਾਣਕਾਰੀ ਦੇ ਦਵਾਂਗਾ ਕਿ ਇਹ ਰਾ ਪਾਠਕਰਮ ਕੀ ਹੈ ਪਹਿਲੇ ਵਿਪਰ ਦੇ ਵਿੱਚ ਕੀ ਕੀ ਆਏਗਾ ਇਹਦੇ ਵਿੱਚ ਜਿਹੜਾ ਤੁਹਾਨੂੰ ਪਹਿਲਾ ਯੂਨਿਟ ਆਏਗਾ ਹੁਣ ਸ਼ਾਰਟ ਕੁਐਸਚਨ ਨੂੰ ਭੁੱਲ ਜਾਓ ਜਿਹੜਾ ਪਹਿਲਾ ਯੂਨਿਟ ਨੂੰ ਭੁੱਲ ਜਾਓ ਕਿਉਂਕਿ ਸਾਰੇ ਤਰ੍ਹਾਂ ਨੂੰ ਸਾਰੇ ਸਿਲੇਬਸ ਸਾਰੇ ਪਾਠਕ੍ਰਮ ਦੇ ਵਿੱਚੋਂ ਹੀ ਆਏਗਾ ਹੁਣ ਜਿਹੜਾ ਸੈਕੰਡ ਯੂਨਿਟ ਹੈ ਤੁਸੀਂ ਉਹਦੀ ਤਿਆਰੀ ਕਰਨੀ ਹੈ ਸੈਕੰਡ ਯੂਨਿਟ ਦੇ ਵਿੱਚ ਸਾਨੂੰ ਕੀ ਆਏਗਾ ਪਹਿਲਾ ਟੌਪਿਕ ਤਾਂ ਹੋਏਗਾ ਸਹਿਦੀ ਇਤਿਹਾਸ ਕਰੀ ਉੱਪਰ ਇਸ ਦੇ ਵਿੱਚ ਤੁਸੀਂ ਸਹਿਦੀ ਇਤਿਹਾਸ ਕਰ ਦੀ ਪ੍ਰਕਿਰਤੀ ਪ੍ਰਯੋਜਨ ਸਮੱਸਿਆਵਾਂ ਕਾਰਣ ਦੇ ਮਸਲੇ ਇਹ ਕੇਹ ਕਰਨਾ ਹੈ ਤੇ ਇਸ ਤੋਂ ਇਲਾਵਾ ਫਿਰ ਤੁਸੀਂ ਦੂਜਾ ਟੌਪਿਕ ਪਹਿਲਾ ਟੌਪਿਕ ਹੈ ਉਹਦੇ ਵਿੱਚੋਂ ਹੀ ਦੋ ਕੁਐਸਚਨ ਵੀ ਬਣ ਸਕਦੇ ਹਨ ਇੱਕ ਤਾਂ ਤੁਹਾਨੂੰ ਆ ਸਕਦਾ ਹੈ ਪੰਜਾਬੀ ਦੇ ਇਤਿਹਾਸਕ ਰੇ ਦੀ ਪ੍ਰਕਿਰਤੀ ਤੇ ਪ੍ਰਯੋਗਨ ਦੂਜਾ ਉਸ ਦੀਆਂ ਸਮੱਸਿਆਵਾਂ ਆ ਸਕਦੀਆਂ ਕਿ ਉਸ ਨੂੰ ਮਤਲਬ ਇਤਿਹਾਸਕਾਰ ਨੂੰ ਲਿਖਣ ਦੇ ਕਰਨ ਦੇ ਵਿੱਚ ਕੀ ਕੀ ਸਮੱਸਿਆਵਾਂ ਆਉਂਦੀਆਂ ਹਨ ਉਹ ਹੋ ਸਕਦੇ ਦੋ ਪ੍ਰਸ਼ਨ ਤੀਜਾ ਸਮੁੱਚੇ ਮੱਧਕਾਲ ਦਾ ਇਤਿਹਾਸਿਕ ਸੱਭਿਆਚਾਰਕ ਸੰਦਰਭ ਮੱਧਕਾਲੀ ਚੇਤਨਾ ਸਮੁੱਚੇ ਮੱਧਕਾਲੀ ਸਾਇਦੀ ਵਿਸ਼ੇਸ਼ਤਾਵਾਂ ਇਹ ਇਹ ਵਲਾ ਮੇਰੇ ਅਕੋਰਡਿੰਗ ਤੁਸੀਂ ਸਕਿਪ ਕਰ ਸਕਦੇ ਹੋ ਬਟ ਮੇਰੀ ਰਾਇ ਨਹੀਂ ਹੈ ਮੈਂ ਜੋ ਮੇਰੇ ਅਕੋਰਡਿੰਗ ਜੋ ਮੈਂ ਤਿਆਰੀ ਕਰ ਰਹੀ ਹਾਂ ਕਿਉਂਕਿ ਚਾਰ ਦੇ ਵਿੱਚੋਂ ਤੁਸੀਂ ਇੱਕ ਟੌਪਿਕ ਛੱਡ ਸਕਦੇ ਹੋ ਸੈਕਿੰਡ ਦੂਸਰਾ ਹੈ ਪੂਰਵ ਨਾਨਕ ਕਾਲ ਇਸ ਦੇ ਵਿੱਚ ਇਹ ਮੋਸਟ ਇੰਪੋਰਟੈਂਟ ਹੈ ਇਹਦੇ ਤੁਸੀਂ 80% ਚਾਂਸ ਲਗਾ ਸਕਦੇ ਹੋ ਇਸ ਟੌਪਿਕ ਦੇ ਆਨ ਤੇ ਉੱਪਰ ਫਸਟ ਟੌਪਿਕ ਦੇ ਤੇ ਇਹਦੇ 80% ਚਾਂਸ ਹੈ ਆਨ ਦੇ ਇਹਦੇ ਵਿੱਚ ਸਭ ਤੋਂ ਪਹਿਲਾਂ ਨਾਥ ਜੋਗੀ ਇਹਨਾਂ ਦੇ ਇੱਕ ਟੌਪਿਕ ਬਣਾਵਾਂਗੇ ਉਸ ਤੋਂ ਇਹ ਬਹੁਤ ਈਜ਼ੀ ਹੈ ਕੋਈ ਉਖਾ ਨਹੀਂ ਹੈ ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂਗੇ ਕਿ ਇਸ ਤਰ੍ਹਾਂ ਕਰਨਾ ਹੈ ਉਹ ਨੈਕਸਟ ਵੀਡੀਓ 'ਚ ਦੱਸਾਂਗੇ ਨਾਥ ਜੋਗੀਆਂ ਦੇ ਕਾਹ ਬਾਰੇ ਦੱਸਣਾ ਹੈ ਸੂਫੀ ਕਾਹ ਬਾਰੇ ਦੱਸਣਾ ਹੈ ਵੀਰ ਕਾਹ ਬਾਰੇ ਦੱਸਣਾ ਹੈ ਲੋਕ ਕਾਹ ਬਾਰੇ ਦੱਸਣਾ ਹੈ ਇਹ ਤੁਹਾਡਾ ਫਰਸਟ ਸੈਕਿੰਡ ਯੂਨਿਟ ਦੇ ਕੁਐਸਚਨਸ ਬਣਨਗੇ ਇਸ ਦੇ ਵਿੱਚੋਂ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਕਈ ਵਾਰ ਦੋ ਦੋ ਕਾਹ ਵੀ ਪੁੱਛ ਸਕਦੇ ਨੇ ਮਹਾਂਤ ਜੋਗੀ ਤੇ ਸੂਫੀ ਕਾਪ ਦੀ ਚਰਚਾ ਇਹ ਉਹ ਜਾਂ ਤਾਂ ਨਾਥ ਜੋਗੀ ਦਾ ਸੰਖੇਪ ਵਿੱਚ ਪੁੱਛ ਸਕਦੇ ਆ ਸੂਫੀ ਕਾਪ ਦਾ ਸੰਖੇਪ ਵਿੱਚ ਪੁੱਛ ਸਕਦੇ ਆ ਮੈਂ ਤੁਹਾਨੂੰ ਅਲੱਗ-ਅਲੱਗ ਕਰਕੇ ਹੀ ਇਹ ਟਾਪਿਕ ਵੀਡੀਓ ਵਿੱਚ ਪ੍ਰੈਜੈਂਟ ਕਰਾਂਗੀ ਠੀਕ ਹੈ ਇਹ ਤੁਹਾਡਾ ਸੈਕਿੰਡ ਯੂਨਿਟ ਹੋ ਗਿਆ ਜਿਹਦੇ ਵਿੱਚ ਚਾਰ ਕੁਐਸਚਨ ਤੁਹਾਡੇ ਬੰਨੇ ਹਨ ਠੀਕ ਹੈ ਸੈਕਿੰਡ ਵਿੱਚੋਂ ਚਾਰ ਦੇ ਵਿੱਚੋਂ ਜੇ ਇੱਕ ਸੈਕਿੰਡ ਜੋ ਆ ਜਾਏਗਾ ਬਾਕੀ ਤਿੰਨ ਤਾਂ ਇਹਦੇ ਵਿੱਚੋਂ ਹੀ ਆਣਗੇ ਇਸ ਲਈ ਮੈਂ ਤੁਹਾਨੂੰ ਪ੍ਰੈਫਰ ਕਰਾਂਗੀ ਕਿ ਪਹਿਲੇ ਦੋ ਪਹਿਲਾ ਤੇ ਲਾਸਟ ਵਾਲਾ ਕਰ ਲਓ ਠੀਕ ਹੈ ਹੁਣ ਸੈਕਿੰਡ ਯੂਨਿਟ ਦੇ ਵਿੱਚ ਕੀ ਹੈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਅਸੀਂ ਕਰਨਾ ਹੈ ਸੂਫੀ ਕਾਵ ਗੁਰਮਤਕਾਵ ਗੁਰੂ ਗ੍ਰੰਥ ਸਾਹਿਬ ਦੀ ਇਤਿਹਾਸ ਕਰੀ ਠੀਕ ਹੈ ਇਹ ਤਿੰਨ ਚੀਜ਼ਾਂ ਨੇ ਸੂਫੀ ਕਾਵ ਗੁਰਮਤਕਾ ਗੁਰੂ ਸੰਧੀ ਇਤਿਹਾਸ ਕਰੀ ਇਹਦੇ ਵਿੱਚ ਪਹਿਲੇ ਸੂਫੀ ਕਾਵ ਦੀ ਇਹਦੇ ਦਾਰਸ਼ਨਿਕ ਸਭਿਆਚਾਰਿਕ ਸਾਹਿਤਿਕ ਵਿਸ਼ੇਸ਼ਤਾ ਕਰਨੀ ਹੈ ਇਸੇ ਤਰ੍ਹਾਂ ਇਹ ਗੁਰਮਤਕਾ ਦੀ ਦਾਰਸ਼ਨਿਕ ਸਭਿਆਚਾਰਿਕ ਸਾਹਿਤਿਕ ਵਿਸ਼ੇਸ਼ਤਾਵਾਂ ਕਰਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜੋ ਵੀ ਸਾਡੇ ਹੈ ਉਹੀ ਸੇਮ ਦਾਰਸ਼ਨਿਕ ਤੇ ਰਾਜਿਕ ਇਹ ਕਰਨੀਆਂ ਇੱਕ ਟੋਪਿਕ ਇੱਕ ਟੋਪਿਕ ਦੇ ਵਿੱਚ ਤੁਹਾਡੇ ਤਿੰਨ ਕੁਐਸਚਨ ਕਵਰ ਹੁੰਦੇ ਨੇ ਇੱਕ ਟੋਪਿਕ ਦੇ ਵਿੱਚ ਤਿੰਨ ਕੁਐਸਚਨ ਕਵਰ ਹੁੰਦੇ ਨੇ ਦੂਸਰਾ ਕਿੱਸਾ ਕਾ ਵੀਰ ਕਾਵ ਇਹ ਵੀ ਬਹੁਤ ਇੰਪੋਰਟੈਂਟ ਹੈ ਇਹ ਵੀ ਤੁਹਾਨੂੰ ਆਰਾਮ ਨਾਲ ਇੱਕ ਇੱਕ ਟੋਪਿਕ ਕਰਕੇ ਬਣਾਵਾਂਗੀ ਮੈਂ ਟਰਾਈ ਕਰਾਂਗੀ ਇੱਕ ਦਿਨ ਦੇ ਵਿੱਚ ਦੋ ਵੀਡੀਓ ਅਪਲੋਡ ਕਰਨ ਦੀ ਬਟ ਇੱਕ ਇੱਕ ਟੋਪਿਕ ਦੀ ਹੀ ਇੱਕ ਵੀਡੀਓ ਅਪਲੋਡ ਕਰਾਂਗੀ ਠੀਕ ਹੈ ਵੀਰ ਕਾ ਮੂਲ ਇਹਦੇ ਵਿੱਚ ਸੱਭਿਆਚਾਰਕ ਉਹ ਮੈਂ ਤੁਹਾਨੂੰ ਅਪਨੋ ਅਕੋਰਡਿੰਗ ਬਣਾ ਕੇ ਦੱਸਾਂਗੀ ਜੋ ਜੋ ਉਹਨਾਂ ਨੇ ਪੁਆਇੰਟਸ ਦਿੱਤੇ ਹੋਏ ਨੇ ਬਾਕੀ ਤੁਹਾਡੇ ਕੋਲ ਸਭ ਕੁਝ ਸਿਲੇਬਸ ਹੋਏਗਾ ਤਾਂ ਇੱਕ ਵਾਰੀ ਦੇਖ ਲਓ ਬਾਕੀ ਜਿੱਥੇ ਤੁਹਾਨੂੰ ਲੱਗੇ ਕਿ ਕਮੀ ਹੈ ਕਿ ਇਹ ਪੁਆਇੰਟ ਮੈਂ ਨਹੀਂ ਜੋੜਿਆ ਇਹ ਸਬ ਪੁਆਇੰਟ ਮੈਂ ਨਹੀਂ ਐਡ ਕੀਤਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਸ ਦੇ ਵਿੱਚ ਇਹ ਐਡ ਕਰੋ ਤੇ ਇਸ ਦੇ ਉੱਤੇ ਮੈਂ ਮਤਲਬ ਚਰਚਾ ਕਰੂੰ ਫਿਰ 3rd ਪੁਆਇੰਟ ਕੀ ਹੈ ਇਸ ਕਾਲ ਵਿੱਚ ਦੇ ਮਤਲਬ 1501 ਤੋਂ 1850 ਦੇ ਵਿੱਚ ਹੋਇਆ ਮੱਧਕਾਲੀਨ ਵਾਰਤਕ ਦਾ ਵਿਕਾਸ ਤੇ ਜਿਸ ਤਰ੍ਹਾਂ ਕਿ ਮੈਂ ਮੇਰੇ ਅਕੋਰਡਿੰਗ ਮੇਰੀ ਹੈ ਜਿਸ ਤਰ੍ਹਾਂ ਕਿ ਮੈਂ ਉਹਦੇ ਵਿੱਚੋਂ ਸੈਕੰਡ ਯੂਨਿਟ ਦੇ ਵਿੱਚੋਂ ਇੱਕ ਟੌਪਿਕ ਛੱਡਿਆ ਇਸੇ ਤਰ੍ਹਾਂ ਇਹਦੇ ਵਿੱਚ ਇੱਕ ਟੌਪਿਕ ਮੈਂ ਛੱਡ ਰਹੀ ਹਾਂ ਪਰ ਜੇ ਤੁਸੀਂ ਚਾਹੋਗੇ ਤਾਂ ਮੈਂ ਇਸ ਦੇ ਉੱਤੇ ਵੀਡੀਓ ਅਪਲੋਡ ਕਰ ਸਕਦੀ ਹਾਂ ਅਗਰ ਤੁਸੀ ਇਹ ਵਾਲਾ ਕੁਐਸਚਨ ਕਰਨਾ ਹੈ ਪਰ ਦੇਖੋ ਆਲਰੇਡੀ 1 2 3 ਤਿੰਨ ਪਹਿਲੇ ਵਿੱਚੋਂ ਹੋ ਗਏ ਹੋਏ ਨੇ ਤੇ ਦੋ ਨੀਚੇ ਵੱਲੋਂ ਮਤਲਬ ਪੰਜ ਕੁਐਸਚਨ ਤੁਹਾਡੇ ਆਲਰੇਡੀ ਦੋ ਪਹਿਲੇ ਦੋ ਯੂਨਿਟਸ ਦੋ ਟਾਪਿਕਸ ਤੋਂ ਬਣ ਰਿਹਾ ਥਰਡ ਟਾਪਿਕਸ ਤੁਸੀਂ ਛੱਡ ਵੀ ਸਕਦੇ ਹੋ ਅਗਰ ਇਹਦੇ ਵਿੱਚੋਂ ਇੱਕ ਆਇਆ ਤਾਂ ਇਹ ਦੋਨੋਂ ਚੋ ਤਾਂ ਇੱਕ ਇੱਕ ਆਏਗਾ ਮਤਲਬ ਤਿੰਨ ਕੁਐਸਚਨ ਇਸ ਕਰਕੇ ਇਹ ਮੇਰੇ ਅਕੋਰਡਿੰਗ ਤਿਆਰੀ ਹੈ ਤੇ ਬਾਕੀ ਜਿਹੜੇ 20 ਨੰਬਰ ਦੇ ਪ੍ਰਸ਼ਨ ਹੋਣਗੇ ਉਹ ਸਾਡੇ ਸਮੁੱਚੇ ਪਾਠਕ੍ਰਮ ਤੇ ਆਏਗਾ ਉਸ ਦੇ ਵੀ ਮੈਂ ਤੁਹਾਨੂੰ ਲਗਭਗ 40 ਕੁਐਸਚਨ ਇਸ ਤਰ੍ਹਾਂ ਦੇ ਕਰਾਵਾਂਗੀ ਜਿਨ੍ਹਾਂ ਚੋਂ ਤੁਹਾਨੂੰ 100% 10 ਕੁਐਸਚਨ ਉਹ ਆਣਗੇ ਹੀ ਆਣਗੇ ओके okay. मेरी वीडियो ਦੇ ਵਿੱਚ ਮੈਂ ਤੁਹਾਨੂੰ ਇੰਨਾ ਹੀ ਅੱਜ ਦੇ ਇਹ ਵੀਡੀਓ ਵਿੱਚ ਪਰ ਤੁਹਾਨੂੰ ਹੁਣ ਕਮੈਂਟ ਤੇ ਮਤਲਬ ਕਰਨਾ ਜ਼ਰੂਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਵੀਡੀਓ ਚਾਹੁੰਦੇ ਹੋ ਅਗਰ ਤੁਸੀਂ ਕਹੋਗੇ ਮੈਂ ਤਾਂ ਹੀ ਵੀਡੀਓ ਅਪਲੋਡ ਕਰਾਂਗੀ ਤੁਸੀਂ ਦੇ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਮੈਂ ਵੀਡੀਓ ਅੱਗੇ ਬਣਾਵਾਂ ਓਕੇ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ